ਤੇ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਆਜ਼ਾਦੀ ਨੂੰ ਲੈ ਕੇ ਸੰਬੋਧਨ ਕੀਤਾ ਜਾ ਰਿਹਾ, ਤੁਹਾਨੂੰ ਵੀ ਸੁਣਾਉਂਦੇ ਹਾਂ। ਜਦੋਂ ਦਾ ਆਪਣਾ ਨਵੀਂ ਪੰਜਾਬ ਸਰਕਾਰ ਨੇ 16 ਮਾਰਚ 2022 ਨੂੰ ਕਾਰਜਭਾਰ ਸੰਭਾਲਿਆ, ਪਹਿਲਾਂ ਤਾਂ ਸਰਕਾਰ ਦੀ ਨੀਅਤ ਇੱਥੋਂ ਹੀ ਪਤਾ ਲੱਗ ਜੂਗਾ। ਆਮ ਤੌਰ 'ਤੇ ਸਹੁੰ ਚੁੱਕ ਸਮਾਗਮ ਜਿਹੜੇ ਨੇ ਉਹ ਰਾਜ ਭਵਨਾਂ 'ਚ ਜਾਂ ਖੇਡ ਸਟੇਡੀਅਮ 'ਚ ਹੁੰਦੇ ਨੇ, ਪਰ ਅਸੀਂ ਆਪਣਾ ਸਹੁੰ ਚੁੱਕ ਸਮਾਗਮ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਖੜ ਕਲਾਂ 'ਚ ਰੱਖਿਆ, ਤਾਂ ਕਿ ਸਾਨੂੰ ਉਹਨਾਂ ਦਾ ਆਸ਼ੀਰਵਾਦ ਵੀ ਰਹੇ ਅਤੇ ਸਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਵੀ ਰਹੇ ਕਿ ਅਸੀਂ ਉੱਥੇ ਜਾ ਕੇ ਸਹੁੰ ਚੁੱਕੀ ਹੋਈ ਹੈ, ਜਿਨ੍ਹਾਂ ਨੇ 23 ਸਾਲ ਦੀ ਉਮਰ 'ਚ ਫਾਂਸੀ ਦੇ ਰੱਸੇ ਚੁੰਮੇ ਹੋਏ ਨੇ। ਸੋ ਇਸ ਮਾਮਲੇ 'ਚ ਪੰਜਾਬ ਸਰਕਾਰ ਨੇ ਕੰਮ ਕਰਨਾ ਸ਼ੁਰੂ ਕੀਤਾ। ਪੰਜਾਬ ਪੰਜ ਆਬ ਪੰਜ ਪਾਣੀ, ਸੂਬੇ ਦਾ ਨਾਮ ਪੰਜ ਪਾਣੀਆਂ 'ਤੇ ਹੈ, ਪਰ ਸੂਬੇ ਕੋਲ ਨਾ ਧਰਤੀ ਵਿਚਲਾ ਪਾਣੀ ਡਾਰਕ ਜ਼ੋਨ ਡਿਕਲੇਅਰ ਹੋ ਗਿਆ ਲਗਭਗ ਪੌਣਾ ਪੰਜਾਬ, ਨਾ ਧਰਤੀ ਵਿਚਲਾ ਪਾਣੀ ਨਾ ਉੱਪਰਲਾ ਪਾਣੀ ਨਾ ਪੀਣ ਨੂੰ ਪਾਣੀ, ਅਤੇ ਫਿਰ ਕਾਹਦਾ ਪੰਜ ਆਬ। ਤਾਂ ਅਸੀਂ ਇੱਥੇ ਕੰਮ ਕਰਨਾ ਸ਼ੁਰੂ ਕੀਤਾ, ਪਹਿਲਾਂ ਜੋ ਸਰਕਾਰਾਂ ਨੇ ਕਦੇ ਵੀ ਨਹੀਂ ਕੀਤਾ। ਤਾਂ ਅਸੀਂ ਨਹਿਰਾਂ ਕੱਸੀਆਂ ਜਾਂ ਪੁਰਾਣੇ ਰਜਵਾਹੇ ਜਿਹੜੇ ਬੰਦ ਹੋ ਗਏ ਸੀ ਉਹਨਾਂ ਨੂੰ ਚਲਾਇਆ, ਅਸੀਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਇਆ ਔਰ ਹੁਣ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਤੇ ਪਾਈਪਾਂ ਅੰਡਰਗਰਾਊਂਡ ਪਾਈਪਾਂ ਪੈ ਰਹੀਆਂ ਨੇ, ਕਿਤੇ ਪੁਰਾਣੀਆਂ ਕੱਸੀਆਂ ਜਿਹੜੀਆਂ ਨੇ ਉਹਨਾਂ ਨੂੰ ਪੱਕੀਆਂ ਕੀਤੀਆਂ ਜਾ ਰਿਹਾ, ਕਿਤੇ ਰਜਵਾਹੇ ਸੂਏ ਦੁਬਾਰਾ ਚਲਾਏ ਜਾ ਰਹੇ ਨੇ, ਤਾਂ ਕਿ ਨਹਿਰੀ ਪਾਣੀ ਜਿਹੜਾ ਉਹ ਖੇਤਾਂ 'ਚ ਆਵੇ ਅਤੇ ਧਰਤੀ ਵਿਚਲਾ ਪਾਣੀ ਜਿਹੜਾ ਟਿਊਬਵੈੱਲ ਜਿਹੜੇ ਨੇ ਉਹ ਬੰਦ ਕਰੀਏ, ਤਾਂ ਕਿ ਧਰਤੀ ਵਿਚਲਾ ਪਾਣੀ ਬਚ ਸਕੇ, ਪਾਣੀ ਉੱਪਰ ਆਵੇ। ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ 'ਤੇ ਆਪਾਂ ਥੋੜ੍ਹਾ ਜਿਹਾ ਪੂਰੇ ਉਤਰੀਏ। ਮਾਲਵਾ ਨਹਿਰ ਇਸ ਸਿਲਸਿਲੇ 'ਚ ਇੱਕ ਲਾਈਫ ਲਾਈਨ ਹੈ। ਮਾਲਵਾ ਨਹਿਰ ਦਾ ਜਿਹੜਾ ਫੈਸਲਾ ਹੈ 2300 ਕਰੋੜ ਰੁਪਏ ਦੀ ਲਾਗਤ ਨਾਲ ਬਣੂਗੀ। ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਪਹਿਲੀ ਨਹਿਰ ਬਣ ਰਹੀ, ਉਹਦਾ ਨਾਮ ਹੈ ਮਾਲਵਾ ਨਹਿਰ, ਜੋ ਹਰੀਕੇ ਪੱਤਣ ਤੋਂ ਲੈ ਕੇ ਰਾਜਸਥਾਨ ਦੀ ਸਰਹੱਦ ਦੇ ਪਿੰਡਾਂ ਤੱਕ ਜਾਊਗੀ। 149 ਕਿਲੋਮੀਟਰ ਲੰਬਾਈ ਹੈ, 12.5 ਫੁੱਟ ਡੂੰਘਾਈ ਹੈ, 50 ਫੁੱਟ ਉੱਪਰੋਂ ਚੌੜਾਈ ਹੈ, 521 ਮੋਗੇ ਨੇ, ਅਤੇ 2 ਲੱਖ ਏਕੜ ਜ਼ਮੀਨ ਨੂੰ ਸਿੰਜੂਗੀ। 2 ਲੱਖ ਏਕੜ ਜਿਹੜਾ ਕਿਸਾਨ ਹੈ ਉਹਦਾ ਜਿਹੜਾ ਉਹਦੀ ਜ਼ਮੀਨ ਹੈ ਉਹ ਮਾਲਵਾ ਇੱਕ ਨਹਿਰ ਜਿਹੜੀ ਹੈ ਉਹ ਪਾਣੀ ਦੇਊਗੀ, ਬਹੁਤ ਵੱਡੀ ਗੱਲ ਹੋਊਗੀ। ਸੋ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਈਏ। ਫਿਰ ਪੰਜਾਬ ਦੀ ਜਵਾਨੀ ਬਾਹਰਲੇ ਮੁਲਕਾਂ ਨੂੰ ਭੱਜ ਰਹੀ ਹੈ। ਕਿਉਂ ਭੱਜ ਰਹੇ ਹਾਂ ਜੀ? ਇੰਨੀ ਜਰਖੇਜ਼ ਧਰਤੀ ਹੈ, ਸ਼ਹੀਦਾਂ ਦੀ ਧਰਤੀ ਹੈ, ਗੁਰੂਆਂ ਦੀ ਧਰਤੀ ਹੈ, ਅਸੀਂ ਉੱਧਰ ਨੂੰ ਕਿਉਂ ਭੱਜ ਰਹੇ? ਕਿਉਂਕਿ ਕਿਤੇ ਨਾ ਕਿਤੇ ਸਿਸਟਮ ਦੀਆਂ ਖਾਮੀਆਂ ਸੀ। ਤਾਂ ਅਸੀਂ ਨੌਕਰੀਆਂ ਦੇਣ ਦਾ, ਰੁਜ਼ਗਾਰ ਦੇਣ ਦਾ ਫੈਸਲਾ ਕੀਤਾ। ਜਿਸ ਵੇਲੇ ਤੱਕ ਮੈਂ ਬੋਲ ਰਿਹਾ ਤੁਹਾਡੇ ਸਾਹਮਣੇ, ਉਸ ਵੇਲੇ ਤੱਕ 44,666 ਨੌਕਰੀਆਂ ਦੇ ਚੁੱਕੇ ਹਾਂ ਵੱਖ ਵੱਖ ਸਰਕਾਰੀ ਵਿਭਾਗਾਂ 'ਚ, ਔਰ ਮੈਰਿਟ 'ਤੇ ਨੌਕਰੀ ਮਿਲ ਰਹੀ ਹੈ। 1 ਰੁਪਈਆ ਵੀ ਰਿਸ਼ਵਤ ਜਾਂ ਕੋਈ ਸਿਫਾਰਿਸ਼ ਵਗੈਰਾ ਨਹੀਂ ਚੱਲਦੀ। ਤੁਸੀਂ ਦੇਖਦੇ ਹੋਵੋਗੇ ਹਰ ਰੋਜ਼ ਨਿਯੁਕਤੀ ਪੱਤਰ ਸਮਾਰੋਹ ਹੁੰਦੇ ਨੇ, ਅਤੇ ਉੱਥੇ ਬੱਚੇ ਖੁਦ ਵੀ ਬੋਲਦੇ ਨੇ ਕਿ ਮੈਂ ਵੀ ਬਾਹਰ ਜਾਣ ਦਾ ਤਿਆਰੀ ਕਰ ਲਈ ਸੀ, ਮੇਰੇ ਬਾਪੂ ਜੀ ਨੇ ਵੀ ਪੈਸੇ ਇਕੱਠੇ ਕਰ ਲਏ ਸੀ, ਪਰ ਅਸੀਂ ਕਿਹਾ ਚਲੋ ਇੱਕ ਪੇਪਰ ਦਿੱਤਾ ਹੋਇਆ ਉਹਦਾ ਰਿਜ਼ਲਟ ਆ ਲੈਣ ਦਿਓ। ਉਹ ਰਿਜ਼ਲਟ ਆ ਗਿਆ ਜੀ, ਮੈਂ ਪਟਵਾਰੀ ਬਣ ਗਿਆ, ਮੈਂ ਇੰਸਪੈਕਟਰ ਬਣ ਗਿਆ, ਮੈਂ DSP ਲੱਗ ਗਿਆ, ਮੈਂ ਹੈੱਡ ਕਲਰਕ ਬਣ ਗਿਆ। ਜਿੱਥੇ ਜਿੱਥੇ ਵੀ ਉਹਨਾਂ ਨੇ ਕੰਪੀਟੀਸ਼ਨ ਦੇ ਐਗਜ਼ਾਮ ਦਿੱਤੇ ਨੇ ਉੱਥੇ ਉਹਨਾਂ ਨੂੰ ਨੌਕਰੀ ਮਿਲ ਰਹੀ।
ਸੋ ਇਹ ਬੜੀ ਵੱਡੀ ਪ੍ਰਾਪਤੀ ਹੈ। ਫਿਰ ਕਿਉਂਕਿ ਪੰਜਾਬ ਦੇ ਕੋਲ ਨਹਿਰਾਂ ਨੇ, ਡੈਮ ਨੇ, ਫਿਰ ਵੀ ਸਾਡੀ ਬਿਜਲੀ ਬੜੀ ਮਹਿੰਗੀ ਸੀ ਅਤੇ ਆਉਂਦੀ ਵੀ ਘੱਟ ਸੀ। ਅਸੀਂ ਕੋਲੇ ਦੀ ਖਾਨ, ਪੰਜਾਬ ਦੀ ਇੱਕ ਕੋਲੇ ਦੀ ਖਾਨ ਪਛਵਾੜਾ ਝਾਰਖੰਡ ਦੇ ਵਿੱਚ, ਉਹ ਬੰਦ ਪਈ ਸੀ 2015 ਤੋਂ ਬੰਦ ਪਈ ਸੀ। ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਬੰਦ ਪਈ ਸੀ, ਤਾਂ ਅਸੀਂ 2022 ਚੋਂ ਚਲਾਈ, ਸਾਨੂੰ ਕੋਲਾ ਮਿਲਣ ਲੱਗ ਗਿਆ, 30 ਲੱਖ ਮੀਟ੍ਰਿਕ ਟਨ ਪਰ ਈਅਰ ਕੋਲਾ ਮਿਲਣ ਲੱਗ ਗਿਆ, ਤਾਂ ਸਾਡੇ ਥਰਮਲ ਪਲਾਂਟ ਜਿਹੜੇ ਨੇ ਉਹਨਾਂ 'ਚ ਕੋਲੇ ਦਾ ਭੰਡਾਰ ਹੋ ਗਿਆ। ਤਾਂ ਅਸੀਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਗੋਇੰਦਵਾਲ ਸਾਹਿਬ ਵਾਲਾ, GVK ਕੰਪਨੀ ਕੋਲ ਸੀਗਾ ਉਹ, ਅਤੇ ਉਹਦਾ ਨਾਮ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ, ਕਿਉਂਕਿ ਸ਼੍ਰੀ ਗੁਰੂ ਅਮਰਦਾਸ ਜੀ ਦੀ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ 'ਚ, ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਅਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਉਹਨਾਂ ਦੇ ਨਾਂ 'ਤੇ। ਅੱਜ ਉਹ 540 ਮੈਗਾਵਾਟ ਦਾ ਜਿਹੜਾ ਥਰਮਲ ਪਲਾਂਟ ਆ, ਜੋ 1,080 ਕਰੋੜ ਦੇ ਵਿੱਚ ਖਰੀਦਿਆ, ਉਹ ਬਿਜਲੀ ਦੇ ਰਿਹਾ। ਤਾਂ ਅਸੀਂ ਕੋਲਾ ਸਰਪਲਸ ਵੀ ਹਾਂ, ਬਿਜਲੀ ਸਰਪਲਸ ਵੀ। ਪੰਜਾਬ ਦੇ ਵਿੱਚ ਸੜਕਾਂ ਬਹੁਤ ਵਧੀਆ ਨੇ, ਪੰਜਾਬੀਆਂ ਕੋਲ ਗੱਡੀਆਂ ਬਹੁਤ ਵੱਡੀਆਂ ਵੱਡੀਆਂ ਨੇ, ਪੰਜਾਬੀ ਖੁੱਲ੍ਹੇ ਦਿਲ ਵਾਲੇ ਨੇ, ਖਰਚਾ ਕਰਨ ਨੂੰ ਕੋਈ ਕਿਰਸ ਨਹੀਂ ਕਰਦੇ, ਸੰਕੋਚ ਨਹੀਂ ਕਰਦੇ। ਗੱਡੀਆਂ ਵੀ ਨੇ, ਸੜਕਾਂ ਵੀ ਨੇ, ਇਹਦੇ ਨਾਲ ਫਿਰ ਐਕਸੀਡੈਂਟ ਵੀ ਆ ਗਏ। ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਤਾਂ ਮੈਂ ਪਾਰਲੀਮੈਂਟ ਦੇ ਰਿਕਾਰਡ 'ਚੋਂ ਕਢਵਾਇਆ ਸੀ ਕਿ ਦੇਸ਼ ਦੇ ਵਿੱਚ ਐਕਸੀਡੈਂਟਾਂ 'ਚ ਕਿਹੜੀ ਸਟੇਟ 'ਚ ਕਿੰਨੀਆਂ ਮੌਤਾਂ ਹੁੰਦੀਆਂ, ਤਾਂ ਮੈਨੂੰ ਜਾਣ ਕੇ ਬਹੁਤ ਦੁੱਖ ਹੋਇਆ ਕਿ ਪੰਜਾਬ ਉਹਦੇ 'ਚ 17 ਮੌਤ, ਉਸ ਵੇਲੇ 15 ਸੀ, ਹੁਣ 17 ਹੋ ਗਈ, 15 ਮੌਤਾਂ ਪਰ ਡੇ ਇੱਕ ਦਿਨ 'ਚ। ਮਤਲਬ 15 ਨੂੰ 30 ਨਾਲ ਗੁਣਾ ਕਰ ਲਓ, 450, 450 ਨੂੰ 12 ਨਾਲ ਗੁਣਾ ਕਰ ਲੈਣਾ, ਜਿਵੇਂ ਕਿ 5,000 ਤੋਂ ਵੱਧ ਬੰਦਾ ਮਰ ਜਾਂਦਾ ਸੜਕਾਂ 'ਤੇ। ਅਤੇ ਆਪਾਂ ਕਿਸਮਤ ਕਹਿ ਕੇ ਜਾਂ ਐਂ ਲਿਖੀ ਸੀ, ਭਾਗਾਂ 'ਚ ਲਿਖੀ ਸੀ ਕਹਿ ਕੇ, ਮਕਾਨਾਂ 'ਚ ਲਈ ਜਾਂਦੀਆਂ ਭੋਗ ਪਾ ਦਿੰਦੇ ਸੀ। ਪਰ ਅਸੀਂ ਇੱਕ ਨਵੇਕਲੀ ਪਹਿਲ ਕੀਤੀ ਕਿ ਸੜਕਾਂ 'ਤੇ ਕੰਟਰੋਲ ਕਰੀਏ, ਸੜਕਾਂ 'ਤੇ, ਕਿਉਂਕਿ ਜਿਹੜੀ ਪੁਲਿਸ ਹੈ, ਪੁਲਿਸ ਕੋਲ ਬਹੁਤ ਕੰਮ ਨੇ, ਪੁਲਿਸ ਕੋਲ ਸੱਸਾਂ ਨੂੰ ਉਹਦੇ ਝਗੜਿਆਂ ਤੋਂ ਲੈ ਕੇ, ਪੁਲਿਸ ਕੋਲ ਸਾਰੇ ਕ੍ਰਿਮੀਨਲ ਐਕਟ, ਸਾਰਾ ਕੁਛ ਪੁਲਿਸ ਕੋਲ ਹੈ। ਕੋਈ ਨਹਿਰ 'ਚ ਲਾਸ਼ ਜਾਂਦੀ ਹੈ, ਪੁਲਿਸ ਨੇ ਕੱਢਣੀ ਹੈ, ਫਿਰ ਦੇਖਣੀ ਹੈ ਲਾਸ਼ ਕਿੱਥੋਂ ਆਈ ਹੈ, ਕਿਹੜੀ ਜੁਰੀਡਿਕਸ਼ਨ, ਕਿਹੜੇ ਥਾਣੇ ਦੀ 'ਚ, ਫਿਰ ਸੜਕ 'ਤੇ ਐਕਸੀਡੈਂਟ ਹੁੰਦੇ, ਉਹਨਾਂ ਕੋਲ ਵੀ ਜਾਣਾ। ਤਾਂ ਅਸੀਂ ਇੱਕ SSF ਨਾਂ ਦੀ ਨਵੀਂ ਪੁਲਿਸ ਬਣਾਈ, SSF ਸੜਕ ਸੁਰੱਖਿਆ ਫੋਰਸ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਹਦੇ ਕੋਲ ਆਪਣੀ ਪੁਲਿਸ ਇੱਕ ਅਲੱਗ ਹੈ, ਜੋ ਸੜਕਾਂ 'ਤੇ ਰਾਖੀ ਕਰਦੀ ਹੈ। ਨਵੀਆਂ ਗੱਡੀਆਂ ਦਿੱਤੀਆਂ ਉਹਨਾਂ ਨੂੰ, ਨਵੇਂ ਮੁੰਡੇ ਕੁੜੀ ਨੂੰ ਟ੍ਰੇਨ ਕੀਤਾ। ਅੱਜ ਤੁਸੀਂ ਸੜਕਾਂ 'ਤੇ ਜਾਂਦੇ ਹੋਵੋਗੇ ਤਾਂ ਸਭ ਤੋਂ ਵਧੀਆ ਗੱਡੀਆਂ ਉਹਨਾਂ ਕੋਲ ਨੇ, ਅਤੇ SSF ਨੇ ਦਾ ਜਿਹੜਾ ਅੰਕੜਾ ਹੈ ਉਹ 'ਚ ਪਿਛਲੇ 4 ਮਹੀਨਿਆਂ ਦੇ ਵਿੱਚ, 1 ਫਰਵਰੀ ਨੂੰ ਲਾਂਚ ਕੀਤੀ ਸੀ, 4-5 ਮਹੀਨਿਆਂ ਦੇ ਵਿੱਚ 1,000 ਤੋਂ 1,200 ਜਾਨਾਂ ਬਚਾ ਦੀਆਂ। ਸੋ ਇਹ ਵੀ ਬਹੁਤ ਵੱਡੀ ਇੱਕ ਉਪਰਾਲਾ ਹੈ। ਹੁਣ ਮੈਨੂੰ ਦੂਜੇ ਸੂਬੇ ਪੁੱਛ ਰਹੇ ਨੇ ਕਿ ਕਿੱਥੋਂ ਟ੍ਰੇਨਿੰਗ ਦਿੱਤੀ ਹੈ ਅਤੇ ਕੀ ਗੱਡੀਆਂ ਦੇ ਵਿੱਚ ਤੁਸੀਂ ਇਕਿਊਪਮੈਂਟ ਦਿੰਦੇ ਹੋ, ਤਾਂ ਅਸੀਂ ਉਹਨਾਂ ਨੂੰ ਜ਼ਰੂਰ ਦੱਸਾਂਗੇ ਜੇ ਸਾਡੇ ਕੋਈ ਪੁੱਛੂਗਾ, ਕਿਉਂਕਿ ਪੰਜਾਬ ਤਾਂ ਹਮੇਸ਼ਾ ਲੀਡ ਹੀ ਕਰਦਾ ਰਿਹਾ। ਸੋ ਆਜ਼ਾਦੀ ਦਿਵਸ ਦੇ ਮੌਕੇ 'ਤੇ ਮੈਂ
ਸਾਰੇ ਪੰਜਾਬੀਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਜਿੱਥੇ ਵੀ ਦੁਨੀਆ ਭਰ 'ਚ ਵੱਸਦੇ ਹੋ ਕਿ ਆਜ਼ਾਦੀ ਆਪਣੀ ਹੈ, ਆਜ਼ਾਦੀ ਆਪਾਂ ਲਈ ਹੋਈ ਹੈ। ਕਾਲੇ ਪਾਣੀ 'ਚ 80% ਨਾਮ ਪੰਜਾਬੀਆਂ ਦੇ ਲਿਖੇ ਹੋਏ ਨੇ, ਫਾਂਸੀਆਂ 'ਚ ਆਪਾਂ ਅੱਗੇ, ਤਾਂ ਇਹ ਆਪਾਂ ਆਪਣਾ ਦੇਸ਼। ਇਹ ਨਹੀਂ ਕਹਿਣਾ ਕਿ ਮੈਂ ਇੱਥੇ ਰਹਿਣਾ ਨਹੀਂ, ਕਿਉਂ ਨਹੀਂ ਰਹਿਣਾ, ਸਾਡਾ ਦੇਸ਼ ਹੈ, ਅਸੀਂ ਲਿਆ, ਅਸੀਂ ਉਹਨਾਂ ਨੂੰ ਜਿਹੜੇ ਫਰੰਗੀ ਸੀ ਅਸੀਂ ਉਹਨਾਂ ਨੂੰ ਭਜਾਇਆ ਇੱਥੋਂ। ਉਸ ਤੋਂ ਪਹਿਲਾਂ ਸਾਡੇ ਗੁਰੂ ਸਾਹਿਬ ਬਾਬਰ ਨੂੰ ਜਾਬਰ ਕਹਿੰਦੇ ਰਹੇ ਆ, ਉਹਨਾਂ ਨੇ ਜੇਲ੍ਹਾਂ 'ਚ ਕੱਟੀਆਂ ਨੇ। ਤਾਂ ਅਸੀਂ ਤਾਂ ਬਹੁਤ ਚਿਰ ਤੋਂ ਲੱਗੇ ਹੋਏ ਹਾਂ ਜ਼ੁਲਮਾਂ ਦੇ ਖਿਲਾਫ। ਸੋ ਇਸ ਕਰਕੇ ਆਜ਼ਾਦੀ ਦਿਹਾੜਾ ਜਿਹੜਾ ਹੈ ਇਹਨੂੰ ਖੁਸ਼ੀ ਨਾਲ ਮਨਾਓ। ਇਹ ਆਪਣੇ ਸ਼ਹੀਦਾਂ ਨੇ ਖੂਨ ਨਾਲ ਲੈ ਕੇ ਦਿੱਤਾ ਹੋਇਆ ਦਿਹਾੜਾ, ਔਰ ਖੂਨ ਵੀ ਉਹ ਜਿਹੜਾ ਉੱਬਲਦਾ ਸੀ 22-23 ਸਾਲ ਦਾ। ਸੋ ਖੇਤੀ ਸੈਕਟਰ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਆ ਰਹੇ ਨੇ, ਫੂਡ ਪ੍ਰੋਸੈਸਿੰਗ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਆ ਰਹੇ ਨੇ, ਨੌਕਰੀਆਂ ਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਤੁਹਾਡੇ ਇੰਤਜ਼ਾਰ ਕਰ ਰਹੀਆਂ ਨੇ, ਬਹੁਤ ਸਾਰੀਆਂ ਵੱਡੀਆਂ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ। ਬਸ ਪੜ੍ਹੋ, ਪੜ੍ਹ ਕੇ ਇਗਜ਼ਾਮ ਦਿਓ, ਕੋਈ ਸਿਫਾਰਸ਼ ਨਹੀਂ ਚੱਲੂਗੀ। ਸ਼ਹੀਦਾਂ ਦੇ ਸੁਪਨਿਆਂ ਦੀ ਜਿਹੜੀ ਆਜ਼ਾਦੀ ਹੈ ਉਹ ਆਪਾਂ ਘਰ ਘਰ ਪਹੁੰਚਾਉਣੀ ਹੈ। ਸ਼ਹੀਦ ਆਜ਼ਮ ਭਗਤ ਸਿੰਘ ਨੂੰ ਇਹ ਕਦੇ ਵੀ ਚਿੰਤਾ ਨਹੀਂ ਸੀ ਕਿ ਆਜ਼ਾਦੀ ਆਊਗੀ ਜਾਂ ਨਾ। ਉਹ ਕਹਿੰਦੇ ਸੀ ਆਜ਼ਾਦੀ ਤਾਂ ਆਉਣੀ ਆਉਣੀ ਹੈ, ਪਰ ਉਹਨਾਂ ਨੂੰ ਇੱਕ ਗੱਲ ਦੀ ਬਹੁਤ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ, ਔਰ ਉਹਨਾਂ ਦੀ ਚਿੰਤਾ ਕਿਸੇ ਹੱਦ ਤੱਕ ਸਹੀ ਵੀ ਸਾਬਤ ਹੋ ਗਈ। 75 ਸਾਲ ਹੋ ਗਏ, 78 ਮੈਂ ਆਉਣ ਤਾਂ 78 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ, ਹਜੇ ਤੱਕ ਸੀਵਰੇਜ ਦੇ ਢੱਕਣ ਪੂਰੇ ਨਹੀਂ ਹੋਏ, ਹਜੇ ਤੱਕ ਪਿੰਡਾਂ ਦੇ ਵਿੱਚ ਛੱਪੜਾਂ ਦੀ ਰੌਲੇ ਨਹੀਂ ਮੁੱਕੇ, ਹਜੇ ਤੱਕ ਤਕਸੀਮਾਂ ਨਹੀਂ ਹੋਈਆਂ, ਹਜੇ ਤੱਕ ਵੱਟਾਂ ਦੇ ਕੱਸੀਆਂ ਦੇ ਰੌਲੇ ਚੱਲੀ ਜਾਂਦੇ। ਸੋ ਆਓ ਆਪਾਂ ਇਕੱਠੇ ਹੋ ਕੇ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰੀਏ, ਉਹਨਾਂ ਸ਼ਹੀਦਾਂ ਦੀ ਆਤਮਾ ਨੂੰ ਸਕੂਨ ਮਿਲੂਗਾ ਕਿ ਸਾਨੂੰ ਵੀ ਕੋਈ ਯਾਦ ਕਰਨ ਵਾਲਾ, ਸਾਡੀਆਂ ਗੱਲਾਂ ਵੀ ਕੋਈ ਯਾਦ ਕਰਨ ਵਾਲਾ ਹੈਗਾ। ਸੋ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਆਪਣੇ ਸ਼ਹੀਦਾਂ ਬਾਰੇ, ਆਪਣੇ ਵਿਰਸੇ ਬਾਰੇ, ਆਪਣੇ ਇਤਿਹਾਸ ਬਾਰੇ ਕਿ ਅਸੀਂ ਕੌਣ ਹਾਂ, ਅਸੀਂ ਕਿੱਥੋਂ ਆਏ ਹਾਂ ਅਤੇ ਸਾਡੀਆਂ ਕੀ ਕੁਰਬਾਨੀਆਂ। ਆਖਿਰ ਦੇ ਵਿੱਚ ਮੈਂ ਵਧਾਈ 78ਵੇਂ ਆਜ਼ਾਦੀ ਦਿਵਸ ਦੀ ਦਿੰਦਾ ਹੋਇਆ ਸ਼ਹੀਦ ਆਜ਼ਮ ਭਗਤ ਸਿੰਘ ਦੇ ਇੱਕ ਸ਼ੇਅਰ ਨਾਲ ਸਮਾਪਤ ਕਰੂੰਗਾ। ਸ਼ਹੀਦ ਆਜ਼ਮ ਭਗਤ ਸਿੰਘ ਨੇ ਲਿਖਿਆ ਕਿ ਇਸ਼ਕ ਕਰਨਾ ਸਭ ਕਾ ਪੈਦਾਇਸ਼ੀ ਹੱਕ ਹੈ, ਇਸ਼ਕ ਕਰਨਾ ਸਭ ਕਾ ਪੈਦਾਇਸ਼ੀ ਹੱਕ ਹੈ, ਕਿਉਂ ਨਾ ਇਸ ਵਾਰ ਵਤਨ ਕੀ ਸਰ ਜ਼ਮੀਨ ਕੋ ਮਹਿਬੂਬ ਬਣਾ ਲਿਆ ਜਾਏ। ਜਿਹੜੇ ਦੇਸ਼ ਦੀ ਧਰਤੀ ਨੂੰ, ਵਤਨ ਦੀ ਸਰ ਜ਼ਮੀਨ ਨੂੰ ਮਹਿਬੂਬ ਵਾਂਗੂ ਪਿਆਰ ਕਰਦੇ ਆ, ਉਹਨਾਂ ਤੋਂ ਵੱਡੇ ਆਪਾਂ ਕਦੇ ਵੀ ਨਹੀਂ ਹੋ ਸਕਦੇ। ਸੋ ਉਹਨਾਂ ਸਾਰੇ ਸ਼ਹੀਦਾਂ ਨੂੰ, ਵੀਰਾਂ ਨੂੰ ਸਲੂਟ ਹੈ ਜਿਨ੍ਹਾਂ ਨੇ ਆ ਸਾਨੂੰ ਅੱਜ ਮੁੱਖ ਮੰਤਰੀਆਂ ਦੀਆਂ, ਮੰਤਰੀਆਂ ਦੀਆਂ, MLA ਦੀਆਂ ਕੁਰਸੀਆਂ 'ਤੇ ਬਿਠਾਤਾ ਅਤੇ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਡੈਮੋਕ੍ਰੈਟਿਕ ਤਰੀਕੇ ਨਾਲ ਚੁਣ ਕੇ ਤੁਹਾਡੇ ਸਾਹਮਣੇ ਬੈਠੇ ਹਾਂ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਹੈਪੀ ਇੰਡੀਪੈਂਡੈਂਸ ਡੇ, ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਜੈ ਹਿੰਦ।